ਵੀਡੀਓ ਦੇ ਨੀਚੇ ਦਿਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਦਿੱਤੀ ਨੋਟੀਫਿਕੇਸ਼ਨ ਬੈੱਲ ਵੀ ਔਨ ਕਰ ਲਵੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਉਸੇ ਸਮੇਂ ਪਤਾ ਲੱਗ ਸਕੇ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਕੁਝ ਇਹੋ ਜਿਹੇ ਉੱਭਰਦੇ ਹੋਏ ਸਿੰਗਰਾਂ ਬਾਰੇ ਗੱਲ ਕਰਨ ਜਾ ਰਿਹਾ ਹਾਂ ਜਿਨ੍ਹਾਂ ਦੇ ਗਾਣੇ ਸੁਣ ਕੇ ਕੋਈ ਵੀ ਇਨਸਾਨ ਆਪਣੀ ਜਗ੍ਹਾ 'ਤੇ ਬੈਠੇ ਬੈਠੇ ਉੱਭੜਨਾ ਸ਼ੁਰੂ ਕਰ ਦਿੰਦਾ ਹੈ। ਇਹਨਾਂ ਦੀ ਆਵਾਜ਼ ਦੇ ਵਿੱਚ ਇੰਨਾ ਦਰਦ ਹੈ ਕਿ ਇਹਨਾਂ ਦੇ ਗਾਣੇ ਸੁਣ ਕੇ ਤੁਹਾਡੇ ਦਿਲ ਵਿੱਚ ਦਰਦ ਹੋਵੇ ਨਾ ਹੋਵੇ, ਤੁਹਾਡੇ ਕੰਨਾਂ ਦੇ ਵਿੱਚ ਦਰਦ ਹੋਣ ਦੀ ਪੂਰੀ ਗਰੰਟੀ ਹੈ। ਜੀਓ ਵਾਲਾ ਸਿੰਮ ਤਾਂ ਇਹਨਾਂ ਸਿੰਗਰਾਂ ਨੂੰ ਇੱਕ ਵਰਦਾਨ ਦੀ ਤਰ੍ਹਾਂ ਮਿਲਿਆ ਹੈ। ਜੀਓ ਵਾਲਾ ਸਿੰਮ ਤਾਂ ਇਹਨਾਂ ਲਈ ਇਸ ਤਰ੍ਹਾਂ ਹੈ ਜਿਵੇਂ ਪਰਮਾਤਮਾ ਨੇ ਇਹਨਾਂ ਨੂੰ ਕੋਈ ਗੈਵੀ ਸ਼ਕਤੀ ਦਿੱਤੀ ਹੋਵੇ। ਕਿਸੇ ਉਸਤਾਦ ਤੋਂ ਗਾਇਕੀ ਸਿੱਖ ਕੇ ਗਾਉਣਾ ਇਹਨਾਂ ਦੀ ਸ਼ਾਨ ਦੇ ਖਿਲਾਫ਼ ਹੈ। ਹੋਵੇ ਵੀ ਕਿਉਂ ਨਾ, ਜਦੋਂ ਆਪ ਖੁਦ ਏਡੇ ਬੜੇ ਕਲਾਕਾਰ ਹਨ, ਫਿਰ ਜੇ ਕਿਸੇ ਤੋਂ ਸਿੱਖਣਗੇ ਤਾਂ ਉਹ ਇਹਨਾਂ ਦੀ ਸਿੰਗਿੰਗ ਦੀ ਤੋਹੀਨ ਨਹੀਂ ਹੋਵੇਗੀ। ਆਓ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਹਨਾਂ ਸਾਰੇ ਸਿੰਗਰਾਂ ਦੇ ਆਈਡਲ, ਮਤਲਬ ਕਿ ਇਹਨਾਂ ਦੇ ਕਰਮ ਗੁਰੂ ਹਰਮਨ ਚੀਮਾ ਜੀ ਦੇ, ਜਿਨ੍ਹਾਂ ਕਰਕੇ ਸਾਰੇ ਦੇਸ਼ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਨਾਮ ਨਾ ਖੱਟ ਰਹੇ ਹਨ। ਥੈਂਕ ਯੂ ਜੀ। ਹੁਣ ਫਿਰਦੀ ਹੈ ਵਿਆਹ ਵਾਸਤੇ ਮੁੰਡਾ ਲੱਭਦੀ, ਉਹ ਕਹਿੰਦੀ ਮੈਂ ਤੁਹਾਨੂੰ ਛੱਡ ਤਿਆ, ਉਹ ਟਾਈਮ ਸੀ ਮੈਂ ਤੁਹਾਡਾ, ਉਹ ਮੈਂ ਹੁਣ ਰਹਿੰਦੀ ਹਾਂ ਪਛਤਾਉਂਦੀ, ਉਹ ਟਾਈਮ ਸੀ ਉਹ ਜਿਹੜਾ ਉਹ ਤੁਹਾਨੂੰ ਮੈਂ ਛੱਡ ਗਈ। ਦੋਸਤੋ, ਵੈਸੇ ਹਰਮਨ ਚੀਮਾ ਜੀ ਬਾਰੇ ਤਾਂ ਆਪਾਂ ਨੂੰ ਜ਼ਿਆਦਾ ਕੁਝ ਦੱਸਣ ਦੀ ਜ਼ਰੂਰਤ ਵੀ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਸਿਰਫ ਦੋ ਚੀਜ਼ਾਂ ਦੇ ਹੀ ਚਰਚੇ ਹਨ, ਇੱਕ ਤਾਂ ਸਲਮਾਨ ਖਾਨ ਦੇ ਵਿਆਹ ਦੇ ਅਤੇ ਦੂਜਾ ਹਰਮਨ ਚੀਮਾ ਦੀ ਗਾਇਕੀ ਦੇ। ਜਿਸ ਦਿਨ ਦਾ ਹਰਮਨ ਚੀਮੇ ਨੂੰ ਆਪਣੀਆਂ ਵਾਇਰਲ ਵੀਡੀਓਜ਼ ਕਰਕੇ ਫੇਮ ਮਿਲਿਆ ਹੈ, ਉਸ ਦਿਨ ਦਾ ਤਾਂ ਯੂਟਿਊਬ, ਵਟਸਐਪ ਅਤੇ ਫੇਸਬੁੱਕ 'ਤੇ ਤਾਂ ਜਿਵੇਂ ਇਹੋ ਜਿਹੇ ਸੈਲਫ ਮੇਡ ਸਿੰਗਰਸ ਦਾ ਹੜ੍ਹ ਹੀ ਆ ਗਿਆ। ਰਹਿੰਦੀ ਖੁੰਹਦੀ ਕਸਰ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨ ਵਾਲੇ ਦੋਸਤ ਇਹਨਾਂ ਸਿੰਗਰਾਂ ਦੀਆਂ ਰਿਸ਼ਤੇਦਾਰੀਆਂ ਹਰਮਨ ਚੀਮੇ ਨਾਲ ਕੱਢ ਕੇ ਪੂਰੀ ਕਰ ਦਿੰਦੇ ਹਨ। ਬਈ, ਕੱਢਣ ਵੀ ਕਿਉਂ ਨਾ, ਇਹ ਦੁਨੀਆ ਦਾ ਦਸਤੂਰ ਹੀ ਹੈ। ਜਦੋਂ ਕੋਈ ਗਰੀਬੀ ਜਾਂ ਮਾੜੇ ਸਮੇਂ ਦੇ ਵਿੱਚ ਹੁੰਦਾ ਹੈ ਉਦੋਂ ਤਾਂ ਉਹਦੇ ਸਕੇ ਸੰਬੰਧੀ ਵੀ ਉਹ ਤੋਂ ਪਾਸਾ ਵੱਟ ਜਾਂਦੇ ਹਨ, ਪਰ ਜਦੋਂ ਕਿਸੇ ਨੂੰ ਪੈਸਾ ਜਾਂ ਫਿਰ ਸ਼ੋਹਰਤ ਮਿਲ ਜਾਂਦੀ ਹੈ ਫਿਰ ਉਹਦੇ ਜਾਣਕਾਰਾਂ ਦੇ ਜਾਣਕਾਰ ਵੀ ਉਸਦੇ ਨਾਲ ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਹੀ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨ ਵਾਲਿਆਂ ਨੇ ਕੀਤਾ। ਕਿਸੇ ਨੇ ਇਹਨਾਂ ਸਿੰਗਰਾਂ ਨੂੰ ਹਰਮਨ ਚੀਮੇ ਦਾ ਚਾਚਾ, ਕਿਸੇ ਨੇ ਹਰਮਨ ਚੀਮੇ ਦਾ ਮਾਮਾ, ਇੱਥੋਂ ਤੱਕ ਕਿ ਕਿਸੇ ਨੇ ਇਸ ਨੂੰ ਹਰਮਨ ਚੀਮੇ ਦਾ ਭਤੀਜਾ ਜਾਂ ਫਿਰ ਗਵਾਂਢੀ ਤੱਕ ਵੀ ਦੱਸ ਦਿੱਤਾ। ਜਿਹੜੀ ਵੀਡੀਓ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ, ਇਸ ਦੇ ਵਿੱਚ ਵੀ ਗਾਣੇ ਦੇ ਨਾਲ ਦੋ ਹੱਥ ਕਰਨ ਵਾਲੇ ਅੰਕਲ ਨੂੰ ਹਰਮਨ ਚੀਮੇ ਦਾ ਇੱਕ ਕਰੀਬੀ ਰਿਸ਼ਤੇਦਾਰ ਦੱਸਿਆ ਗਿਆ ਹੈ। ਦੋਸਤੋ, ਇਹ ਸਿੰਗਰ ਵੀ ਆਪਣੇ ਵੱਲੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਹਨ। ਹੁਣ ਇਹ ਸੇਵਾ ਤੋਂ ਇਹਨਾਂ ਦਾ ਕੀ ਮਤਲਬ ਹੈ, ਇਹ ਤਾਂ ਇਹੀ ਦੱਸ ਸਕਦੇ ਹਨ, ਕਿਉਂਕਿ ਪੰਜਾਬੀ ਸੇਵਾ ਵੀ ਦੋ ਤਰੀਕੇ ਦੀ ਕਰਦੇ ਹਨ। ਇਸ ਆਪਣੇ ਆਪ ਨੂੰ ਖੁਸ਼ ਕਰਨ ਵਾਲੀ ਗਾਇਕੀ ਜਾਂ ਫਿਰ ਤੁਸੀਂ ਕਹਿ ਲਵੋ ਕਿ ਆਪਣੇ ਆਪ ਦਾ ਮਜ਼ਾਕ ਬਣਾਉਣ ਵਾਲੀ ਗਾਇਕੀ ਦੇ ਵਗਦੇ ਦਰਿਆ ਦੇ ਵਿੱਚ ਬਹੁਤ ਸਾਰੇ ਗਾਇਕਾਂ ਨੇ ਗੋਤੇ ਲਾਏ, ਜਿਵੇਂ ਕਿ ਹੁਣ ਤੁਸੀਂ ਇਸ ਬਾਈ ਜੀ ਨੂੰ ਹੀ ਦੇਖ ਲਵੋ, ਜਿਨ੍ਹਾਂ ਦਾ ਦਾਅਵਾ ਹੈ ਕਿ ਲੋਕ ਇਹਨਾਂ ਦੀ ਸਿੰਗਿੰਗ ਦੇ ਇਸ ਕਦਰ ਫੈਨ ਹੋ ਚੁੱਕੇ ਹਨ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰਾਜ ਗਾਇਕ ਦਾ ਐਵਾਰਡ ਵੀ ਮਿਲੇ ਤਾਂ ਇਸ ਦੇ ਵਿੱਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਦੋਸਤੋ, ਫਿਰ ਇੰਤਜ਼ਾਰ ਕਰਦਾ, ਲਓ ਜੀ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਇਹਨਾਂ ਦੇ ਇੱਕ ਰੋਮਾਂਚਕ ਸ਼ੌਂਗ। ਨਾਲੇ ਰੱਖੀਆਂ ਨੇ ਕਹਿ ਬਿੱਲੋ ਚਾਰ ਤਾਂ
ਅੱਖੀਆਂ ਨੀ ਕੁੰਦੀ ਮੁੱਛਦੇ ਦੇ ਯਾਰ ਦੇ ਨਾਲੇ ਰੱਖੀਆਂ ਨੇ ਕਹਿ ਬਿੱਲ ਚਾਰ ਦੋਸਤੋ, ਇਹ ਭਿਅੰਕਰ ਬਿਮਾਰੀ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਫੈਲ ਰਹੀ ਹੈ। ਜਵਾਨਾਂ ਤੱਕ ਤਾਂ ਚੱਲ ਫਿਰ ਵੀ ਠੀਕ ਸੀ, ਪਰ ਹੁਣ ਤਾਂ ਕੰਨਾਂ ਦੇ ਵਿੱਚੋਂ ਖੂਨ ਕੱਢ ਦੇਣ ਵਾਲੀ ਗਾਇਕੀ ਵਾਲੀ ਇਸ ਬਿਮਾਰੀ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦੋਸਤੋ, ਹੁਣ ਤਾਂ ਇਸ ਗਾਇਕੀ ਦੇ ਵਿੱਚ ਕਈ ਕਿਸਮਾਂ ਵੀ ਆ ਚੁੱਕੀਆਂ ਹਨ, ਜਿਵੇਂ ਕਿ ਹਿੱਲਣ ਵਾਲੀ ਗਾਇਕੀ, ਕਰੰਟ ਵਾਲੀ ਗਾਇਕੀ ਅਤੇ ਕਚੀਚੀਆਂ ਵਾਲੀ ਗਾਇਕੀ, ਹੋਰ ਵੀ ਪਤਾ ਨਹੀਂ ਕੀ ਕੀ। ਇਹਨਾਂ ਦੀ ਗਾਇਕੀ ਦਾ ਇੱਕ ਗੁਣ ਇਹ ਵੀ ਹੈ ਕਿ ਇਹਨਾਂ ਦੇ ਗਾਣੇ ਦਾ ਕੋਈ ਵੀ ਅੰਤਰਾ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ ਹੁੰਦਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਹ ਆਪਣੇ ਸਰੋਤਿਆਂ ਨੂੰ ਮੌਕੇ 'ਤੇ ਹੀ ਤਾਜ਼ਾ ਗਾਣਾ ਤਿਆਰ ਕਰਕੇ ਸੁਣਾਉਂਦੇ ਹਨ। ਯਾਰ ਕਹਿੰਦੇ ਹੁਣ ਆਉਂਦੇ ਰਹਿੰਦੇ ਨੇ ਬਲਵੰਤ ਬਾਈ ਵਰਗੇ ਯਾਰ ਜਿਗੜੀ ਹੁੰਦੇ ਨੇ ਜਿੱਥੇ ਕਹਿੰਦੇ ਹੈ ਬਲ ਬਾਈ ਵਰਗੀਆਂ ਨਾ ਚੜਾਈਆਂ ਹੁੰਦੀਆਂ ਨੇ ਅਖਤਰ ਰਵਿੰਦਰ ਬਾਈ ਵਰਗੀਆਂ ਨਾ ਕਹਿੰਦੇ ਪੂਰੀਆਂ ਬੱਲੇ ਬੱਲੇ ਹੁੰਦੀ ਏ ਹਜ਼ਾਰ ਜਿਗੜੀ ਹੀ ਕਹਿੰਦੇ ਯਾਰ ਦੂਰ ਆਉਂਦੇ ਨੇ ਅੱਜ ਵੀ ਹੀ ਚੇਤੇ ਆਉਣਾ ਅਨੰਦਪੁਰ ਦੀ ਹੀ ਧਰਤੀ 'ਤੇ ਜਿੱਥੇ ਕਹਿੰਦੇ ਅਨੰਦਪੁਰ ਮਿਲੇ ਲੰਗਰ ਦੇ ਢੁੱਡੀਆਂ ਵਿੱਚ। ਦੋਸਤੋ, ਅਖੀਰ ਵਿੱਚ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਕਮੇਡੀ ਤੱਕ ਤਾਂ ਠੀਕ ਹੈ, ਪਰ ਸੱਚ ਵਿੱਚ ਤੁਸੀਂ ਉਸੇ ਸਿੰਗਰ ਨੂੰ ਅੱਗੇ ਪ੍ਰਮੋਟ ਕਰੋ ਜੋ ਇਸ ਕਾਬਿਲ ਹੋਵੇ। ਦੋਸਤੋ, ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੰਜਾਬ ਵਿੱਚ ਬਹੁਤ ਟੈਲੈਂਟ ਮੌਜੂਦ ਹੈ ਅਤੇ ਬਹੁਤ ਵਧੀਆ ਸਿੰਗਰ ਗਰੀਬੀ ਅਤੇ ਬੇਵਸੀ ਕਰਕੇ ਅੱਜ ਗੁੰਮਨਾਮੀ ਵਿੱਚ ਬੈਠੇ ਹਨ। ਜ਼ਰੂਰਤ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ। ਜੇਕਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਕਰੋ ਅਤੇ ਆਪਣੇ ਵਡਮੁੱਲੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਹੋਰ ਨਵੇਂ ਅਪਡੇਟਸ ਲਈ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਯੂਟਿਊਬ ਚੈਨਲ ਅਨਲਿਮਿਟਡ ਗਿਆਨ। ਜੇਕਰ ਤੁਸੀਂ ਕਿਸੇ ਸਟਾਰ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਹੋਰ ਟੌਪਿਕ 'ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਜਲਦ ਤੋਂ ਜਲਦ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਮਿਲਦੇ ਹਾਂ ਜਲਦ ਹੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।